प्यारे विद्यार्थियों स्वागत है तोड़ा एक बार फिर आज आपा ਤੁਹਾਡਾ ਜੋ ਕੱਲ 25 ਜਨਵਰੀ 2021 ਜੋ ਤੁਹਾਡਾ ਵੀਕਲੀ ਟੈਸਟ ਹੋਏਗਾ ਫੋਰਥ ਵੀਕਲੀ ਟੈਸਟ ਸਮਾਜਿਕ ਸਿੱਖਿਆ ਦਾ ਉਸ ਟੈਸਟ ਦੇ ਵਿੱਚ ਜਿਹੜੇ ਸਾਡੇ ਚਾਰ ਪਾਠ ਹੈ ਇਤਿਹਾਸ ਭਾਗ ਦੇ ਠੀਕ ਹੈ ਉਹਨਾਂ ਚਾਰ ਪਾਠਾਂ ਦੇ ਜਿਹੜੇ ਮਹੱਤਵਪੂਰਨ ਪ੍ਰਸ਼ਨ ਹੈਗੇ ਠੀਕ ਹੈ 3-3 ਅੰਕ ਵਾਲੇ ਠੀਕ ਹੈ ਤੇ 4-4 ਅੰਕ ਵਾਲੇ ਉਹ ਆਪਾਂ ਇਸ ਵੀਡੀਓ ਦੇ ਵਿੱਚ ਇੱਕ ਇੱਕ 파ਟ ਦੇ 3 3 ਅੰਕਾਂ ਵਾਲੇ ਤੇ 4 4 ਅੰਕਾਂ ਵਾਲੇ ਇਹ ਪ੍ਰਸ਼ਨ ਹੈਗੇ ਉਹ ਤੁਹਾਨੂੰ ਦੱਸਾਂਗੇ ਠੀਕ ਹੈ ਤੁਸੀਂ ਇਹ ਪ੍ਰਸ਼ਨ ਆਪਣਾ ਯਾਦ ਕਰ ਲਿਓ ਤੇ ਨੋਟ ਕਰ ਲਿਓ ਠੀਕ ਹੈ ਇਹ ਇੰਪੋਰਟੈਂਟ ਕੁਐਸਚਨ ਹੈਗੇ ਹਾਂ ਸਭ ਤੋਂ ਪਹਿਲਾਂ ਆਪਾਂ 파ਟ ਨੰਬਰ 1 ਦੀ ਗੱਲ ਕਰੀਏ ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਤੇ ਉਹਨਾਂ ਦਾ ਇਸ ਦੇ ਇਤਿਹਾਸ ਉੱਤੇ ਪ੍ਰਭਾਵ ਇਸ 파ਟ ਦੇ ਵਿੱਚੋਂ ਆਪਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ 3 3 ਅੰਕਾਂ ਵਾਲੀ ਕੁਐਸਚਨਾਂ ਦੀ ਠੀਕ ਹੈ ਜਿਹੜੇ ਤੁਹਾਨੂੰ 3 3 ਅੰਕ ਵਾਲੀ ਕੁਐਸਚਨ ਉਹਨਾਂ ਦੀ ਤਾਂ ਇਹਦੇ ਵਿੱਚ ਪਹਿਲਾ ਕੁਐਸਚਨ ਹੈ ਬੇਟਾ ਹਿਮਾਲਿਆ ਦੀਆਂ ਪਹਾੜੀਆਂ ਦੇ ਕੋਈ ਚਾਰ ਲਾਭ ਲਿਖੋ ਠੀਕ ਹੈ ਇਸ ਵੀਡੀਓ ਦੇ ਵਿੱਚ ਮੈਂ ਸਿਰਫ ਤੁਹਾਨੂੰ ਪ੍ਰਸ਼ਨ ਦੱਸਾਂਗਾ ਤੇ ਇੱਕ ਜਿਹੜਾ ਕੱਲ ਤੁਹਾਡਾ ਨਕਸ਼ਾ ਆਏਗਾ ਉਹ ਤੁਹਾਨੂੰ ਮੈਂ ਕਰਾਵਾਂਗਾ ਠੀਕ ਹੈ ਤੇ ਅਖੀਰ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਵੀ ਤੁਸੀਂ ਇਹਨਾਂ ਪ੍ਰਸ਼ਨਾਂ ਦੇ ਉੱਤਰ ਪੰਜਾਬ ਐਜੂਕੇਡ ਜਿਹੜੀ ਐਪ ਹੈਗੀ ਉਹਦੇ ਵਿੱਚ ਉਹ ਕਿੱਥੋਂ ਪ੍ਰਾਪਤ ਕਰ ਸਕਦੇ ਹੋਗੇ ਠੀਕ ਹੈ ਤਾਂ ਹੁਣ ਆਪਾਂ ਸਭ ਤੋਂ ਪਹਿਲਾ ਪ੍ਰਸ਼ਨ 3 3 ਅੰਕਾਂ ਵਾਲੀ ਹੱਲ ਕਰਦੇ ਹਾਂ ਪਾਰਟ ਨੰਬਰ 1 ਦੇ ਪ੍ਰਸ਼ਨ ਹੈ ਤੁਹਾਡਾ ਹਿਮਾਲਿਆ ਦੀਆਂ ਪਹਾੜੀਆਂ ਦੇ ਕੋਈ ਚਾਰ ਲਾਭ ਲਿਖੋ ਠੀਕ ਹੈ ਇਹ ਬਟਾ ਤੁਸੀਂ ਯਾਦ ਕਰ ਲੈਣਾ ਠੀਕ ਹੈ ਚੰਗੇ ਤਰੀਕੇ ਨਾਲ ਕਿਉਂਕਿ ਇਹ ਭੂਗੋਲ ਦੇ ਵਿੱਚ ਵੀ ਸਾਨੂੰ ਆਏਗਾ ਤੇ ਸਾਨੂੰ ਇਤਿਹਾਸ ਦੇ ਵਿੱਚ ਵੀ ਆਏਗਾ ਦੂਸਰਾ ਪ੍ਰਸ਼ਨ ਕੋਈ ਤਿੰਨ ਦੁਆਬਿਆਂ ਦਾ ਵਰਣਨ ਕਰੋ ਠੀਕ ਹੈ ਤੁਸੀਂ ਇਹ ਵੀ ਪੜ ਲੈਣਾ ਵੀ ਦੁਆਬਤੋਂ ਕੀ ਭਾਵ ਹੈ ਤੇ ਜਿਹੜੇ ਪੰਜ ਦੁਆਬੇ ਆਗੇ ਉਹਦੇ ਵਿੱਚ ਜਿਹੜੇ ਤੁਹਾਨੂੰ ਸੌਖੇ ਲੱਗਦੇ ਹੈ ਕੋਈ ਤੁਸੀਂ ਚਾਰ ਜਾਂ ਤਿੰਨ ਯਾਦ ਕਰ ਲਓ ਠੀਕ ਹੈ ਪ੍ਰਸ਼ਨ ਨੰਬਰ 3 ਪੰਜਾਬ ਦੇ ਦਰਿਆਵਾਂ ਨੇ ਇਸ ਦੇ ਇਤਿਹਾਸ ਉੱਤੇ ਕੀ ਪ੍ਰਭਾਵ ਪਾਇਆ ਠੀਕ ਹੈ ਬਿਲਕੁਲ ਸੌਖਾ ਜਿਹਾ ਕੁਸਚਨ ਹੈਗਾ ਵੀ ਜਦੋਂ ਪੰਜਾਬ ਦੇ ਦਰਿਆਵਾਂ ਨੇ ਕਈ ਵਾਰ ਵਿਦੇਸ਼ੀ ਹਮਲਾਵਰਾਂ ਨੂੰ ਰਾਹ ਵਿਖਾਇਆ ਕਿਉਂਕਿ ਜ਼ਿਆਦਾਤਰ ਹਮਲਾਵਰ ਸਮੁੰਦਰੀ ਮਾਰਗਾਂ ਰਾਹੀਂ ਆਏ ਠੀਕ ਹੈ ਕਈ ਵਾਰ ਜਦੋਂ ਇਹਨਾਂ ਦਰਿਆਵਾਂ ਦੇ ਵਿੱਚ ਹੜਾ ਆ ਜਾਂਦਾ ਸੀ ਤਾਂ ਇਹਨਾਂ ਨੇ ਵਿਦੇਸ਼ੀ ਹਮਲਾਵਰਾਂ ਦਾ ਰਾਹ ਵੀ ਰੋਕਿਆ ਜਿਵੇਂ ਬਿਆਸ ਨਦੀ ਦੇ ਵਿੱਚ ਜਦੋਂ ਤੂਫਾਨ ਆਇਆ ਹੋਇਆ ਸੀ ਹੜਾ ਆਇਆ ਹੋਇਆ ਸੀ ਤਾਂ ਸਿਕੰਦਰ ਨੂੰ 326 ਇਸਵੀ ਪੂਰਬੀ ਦੇ ਵਿੱਚ ਵਾਪਸ ਮੁੜਨਾ ਪਿਆ ਸੀ ਠੀਕ ਹੈ ਬੇਟਾ ਹਾਂਜੀ ਇਸ ਪਾਰਟ ਦੇ ਵਿੱਚੋਂ ਜੇ ਆਪਾਂ ਪਹਿਲੇ ਪਾਰਟ ਦੇ ਵਿੱਚੋਂ ਗੱਲ ਕਰੀਏ ਚਾਰ ਅੰਕਾਂ ਵਾਲਾ ਜਿਹੜਾ ਪ੍ਰਸ਼ਨ ਆਏਗਾ ਤਾਂ ਇੱਕ ਪ੍ਰਸ਼ਨ ਹੀ ਜ਼ਿਆਦਾ ਇੰਪੋਰਟੈਂਟ ਹੈ ਉਹ ਹੈ ਬੇਟਾ ਪੰਜਾਬ ਦੇ ਮੈਦਾਨੀ ਖੇਤਰਾਂ ਦਾ ਵਰਣਨ ਠੀਕ ਹੈ ਇਹ ਦੱਸਣਾ ਹੈ ਪੰਜਾਬ ਦੇ ਮੈਦਾਨੀ ਖੇਤਰ ਕਿੱਥੇ ਤੋਂ ਕਿੱਥੇ ਤੱਕ ਫੈਲੇ ਹੋਏ ਹੈਗੇ ਠੀਕ ਹੈ ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜਿਹੜੇ ਸਾਡੇ ਪੰਜ ਦੁਆਬੇ ਹੈਗੇ ਦੁਆਬੇ ਹੈਗੇ ਉਹਨਾਂ ਦੀ ਗੱਲ ਕਰਾਂਗੇ ਠੀਕ ਹੈ ਬੇਟਾ ਤਾਂ ਇਸ ਪਾਰਟ ਦੇ ਵਿੱਚੋਂ ਜੇ ਆਪਾਂ ਗੱਲ ਕਰੀਏ ਤਾਂ ਤਿੰਨ ਸਾਡੇ 3-3 ਅੰਕਾਂ ਵਾਲੇ ਕੁਐਸਚਨ ਬਣਨਦੇ ਤੇ ਇੱਕ ਕੁਐਸਚਨ ਸਾਡਾ ਚਾਰ ਅੰਕਾਂ ਵਾਲਾ ਬਣਦਾ ਹੈ ਇਸ ਤਰੀਕੇ ਨਾਲ ਅਪਏ ਪਾਠ 2 ਦੀ ਗੱਲ ਕਰੀਏ ਤਾਂ ਇਹਦਾ ਨਾਮ ਹੈ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬ ਦੀ ਰਾਜਨੀਤਿਕ ਅਤੇ ਸਮਾਜਿਕ ਅਵਸਥਾ ਠੀਕ ਹੈ ਬੱਚਾ ਇਸ ਦੇ ਵਿੱਚ ਵੀ ਆਪਾਂ ਸਭ ਤੋਂ ਪਹਿਲਾਂ 3-3 ਅੰਕਾਂ ਵਾਲੇ ਪ੍ਰਸ਼ਨਾਂ ਦੀ ਗੱਲ ਕਰਾਂਗੇ ਠੀਕ ਹੈ ਵੀ ਫਿਰ ਆਪਾਂ ਗੱਲ ਕਰਾਂਗੇ 4-4 ਅੰਕਾਂ ਵਾਲੇ ਦੀ ਤਾਂ 3-3 ਅੰਕਾਂ ਵਾਲੇ ਦੇ ਵਿੱਚ ਪਹਿਲਾ ਪ੍ਰਸ਼ਨ ਬਣਦਾ ਹੈ ਸਿਕੰਦਰ ਲੋਧੀ ਦੀ ਧਾਰਮਿਕ ਨੀਤੀ ਦਾ ਵਰਣਨ ਕਰੋ ਠੀਕ ਹੈ ਸੌਖਾ ਜਿਹਾ ਕੁਐਸਚਨ ਹੈ ਪੜ੍ਹੂਗਾ ਇੱਕ ਵਾਰ ਦੋ ਵਾਰ ਆਸਾਨੀ ਨਾਲ ਯਾਦ ਹੋ ਜਾਏਗਾ ਪ੍ਰਸ਼ਨ ਨੰਬਰ 2 ਬਾਬਰ ਦੇ ਸੈਯਦਪੁਰ ਐਮਨਾਬਾਦ ਦੇ ਹਮਲੇ ਦਾ ਠੀਕ ਹੈ ਇਹ 1519 ਦੇ ਵਿੱਚ ਬਾਬਰ ਨੇ ਹਮਲਾ ਕੀਤਾ ਸੀ ਪੰਜਾਬ ਤੇ ਮਤਲਬ ਉਸ ਨੇ ਸੈਯਦਪੁਰ ਐਮਨਾਬਾਦ ਦੇ ਵਿੱਚ ਬਹੁਤ ਲੁੱਟਮਾਰ ਕੀਤੀ ਬਹੁਤ ਸਾਰੇ ਲੋਕਾਂ ਨੂੰ ਇਥੋਂ ਕੈਦੀ ਬਣਾ ਕੇ ਲੈ ਗਿਆ ਠੀਕ ਹੈ ਸਮਾਨ ਲੁੱਟਿਆ ਗਿਆ ਤਾਂ ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਅਤਿਆਚਾਰਾਂ ਦਾ ਵਰਨ ਉਸ ਸਮੇਂ ਇੱਕ ਬਾਣੀ ਸੀ ਜਿਸ ਦਾ ਨਾਮ ਹੈ ਬਾਬਰ ਬਾਣੀ ਉਹਦੇ ਵਿੱਚ ਕੀਤਾ ਗਿਆ ਠੀਕ ਹੈ ਹੁਣ ਇਸੇ ਤਰੀਕੇ ਨਾਲ ਆਪਾਂ ਜੇ ਨੰਬਰ ਤਿੰਨ ਵਾਲੇ ਪ੍ਰਸ਼ਨ ਦੀ ਗੱਲ ਕਰੀਏ ਤਾਂ ਪਾਣੀਪਤ ਦੇ ਮੈਦਾਨ ਵਿੱਚ ਬਾਬਰ ਅਤੇ ਇਬਰਾਹਿਮ ਲੋਧੀ ਦੀ ਫੌਜ ਦੀ ਬਿਉਂਤਬੰਦੀ ਵੀ ਇਬਰਾਹਿਮ ਫੌਜ ਜਿਹੜਾ ਲੋਧੀ ਸੀ ਉਹਨੇ ਆਪਣੀ ਫੌਜ ਨੂੰ ਕਿਵੇਂ ਵੰਡਿਆ ਕਿੰਨੇ ਸੈਨਿਕ ਸੀ ਕਿੰਨੇ ਹਾਥੀ ਸੀ ਕਿਹੜੀਆਂ-ਕਿਹੜੀਆਂ ਟੁਕੜੀਆਂ ਸੀ ਦੂਜੀ ਤਰਫ ਬਾਬਰ ਨੇ ਆਪਣੀ ਫੌਜ ਨੂੰ ਕਿਵੇਂ ਵੰਡਿਆ ਠੀਕ ਹੈ ਕਿੰਨੇ ਸੈਨਿਕ ਸੀ ਕਿੰਨੀਆਂ ਤੋਪਾਂ ਸੀ ਉਹਨਾਂ ਨੂੰ ਕਿਵੇਂ ਖੜਾ ਕੀਤਾ ਗਿਆ ਉਹ ਆਪਾਂ ਸਾਰੇ ਇਸ ਪੁਆਇੰਟ ਦੇ ਵਿੱਚ ਲਿਖਣਾਗਾ ਇਹਦੇ ਨਾਲ ਮਿਲਦਾ-ਜੁਲਦਾ ਬੇਟਾ ਪ੍ਰਸ਼ਨ ਨੰਬਰ 6 ਹੈਗਾ ਠੀਕ ਹੈ ਤੁਸੀਂ ਇਹਨਾਂ ਦੋਨੇ ਪ੍ਰਸ਼ਨਾਂ ਲਈ ਇੱਕ ਹੀ ਉੱਤਰ ਯਾਦ ਕਰ ਲਿਓ ਠੀਕ ਹੈ ਪ੍ਰਸ਼ਨ ਦੋਨੇ ਸੌਖੇ ਹੈਗੇ ਇੱਕ ਦੋ ਵਾਰ ਪੜੋਗੇ ਆਸਾਨੀ ਨਾਲ ਯਾਦ ਹੋ ਜੇਗਾ ਤਾਂ ਇਸ ਤੋਂ ਅੱਗੇ ਬਟਾਪਾ ਗੱਲ ਕਰੀਏ ਪ੍ਰਸ਼ਨ ਨੰਬਰ 4 ਦੀ ਮੁ슬लिम ਸਮਾਜ ਦੀਆਂ ਇਸਤਰੀਆਂ ਦੀ ਹਾਲਤ ਠੀਕ ਹੈ ਇਹ ਵੀ ਸੌਖਾ ਹੈਗਾ ਇਸਤਰੀਆਂ ਦੀ ਹਾਲਤ ਕਿਸੇ ਵੀ ਉਸ ਸਮੇਂ ਚੰਗੀ ਨਹੀਂ ਸੀ ਕਿਉਂਕਿ ਇਸਤਰੀਆਂ ਨੂੰ ਮਰਦਾਂ ਦੇ ਬਰਾਬਰ ਦਾ ਅਧਿਕਾਰ ਨਹੀਂ ਪਰਪਤ ਨਹੀਂ ਸੀ ਉਹਨਾਂ ਨੂੰ ਪੜਨ ਲਿਖਣ ਦਾ ਇਹਨਾਂ ਅਧਿਕਾਰ ਨਹੀਂ ਸੀ ਉੱਚ ਘਰਾਣੇ ਦੀਆਂ ਇਸਤਰੀਆਂ ਜ਼ਰੂਰ ਪੜਦੀਆਂ ਸੀ ਠੀਕ ਹੈ ਪਰ ਜਿਹੜੀਆਂ ਇਹ ਟੇਹ ਘਰਾਣੇ ਦੀਆਂ ਇਸਤਰੀਆਂ ਸੀ ਉਹਨਾਂ ਨੂੰ ਪੜਨ ਲਿਖਣ ਦਾ ਅਧਿਕਾਰ ਨਹੀਂ ਸੀ ਠੀਕ ਹੈ ਵਿਹਲ ਸਮੇਂ ਵਿਦਵਾਂ ਵਿੱਚ ਪ੍ਰਚਲਿਤ ਨਹੀਂ ਸੀ ਬਹੁ ਵਿਆਪ ਰથા ਪ੍ਰਚਲਿਤ ਸੀ ਪਰਦੇ ਦਾ ਰਿਵਾਜ ਸੀ ਉਹਨਾਂ ਨੂੰ ਹਮੇਸ਼ਾ ਘਰ ਦੇ ਵਿੱਚ ਪਰਦੇ ਦੇ ਪਿੱਛੇ ਰੱਖਿਆ ਜਾਂਦਾ ਸੀ ਇਹ ਪੜ ਲਿਓ ਪ੍ਰਸ਼ਨ ਨੰਬਰ 5 ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਸਮੇਂ ਦੇ ਜਾਤ ਪਾਤ ਠੀਕ ਹੈ ਇਹ ਮੁ슬ਮਾਨ ਸਮਾਜ ਦੇ ਵਿੱਚ ਵੀ ਦੱਸਾਂਗੇ ਆਪਾਂ ਹਿੰਦੂ ਸਮਾਜ ਦੇ ਵਿੱਚ ਵੀ ਦੱਸਾਂਗੇ ਠੀਕ ਹੈ ਬੇਟਾ ਤਾਂ ਇਹ ਆਪਣੇ ਤਿੰਨ ਤਿੰਨ ਅੰਕਾਂ ਵਾਲੇ 6 ਪ੍ਰਸ਼ਨ ਸੀ ਪੰਜ ਹੀ ਕਮਾਂਗੇ ਦੋ ਪ੍ਰਸ਼ਨਾਂ ਦਾ ਤਾਂ ਪ੍ਰਸ਼ਨ ਨੰਬਰ 3 ਤੇ 6 ਦਾ ਤਾਂ ਇੱਕ ਹੀ ਉੱਤਰ ਆ ਜਾਏਗਾ ਸਾਡਾ ਠੀਕ ਹੈ। ਹੁਣ ਆਪਾਂ ਇਸ ਪਾਰਟ ਦੇ ਵਿੱਚ ਉਹ ਗੱਲ ਕਰਾਂਗੇ ਚਾਰ ਚਰੰਕਾਂ ਵਾਲੇ ਪ੍ਰਸ਼ਨਾਂ ਦੀ। ਇਹਦੇ ਵਿੱਚ ਮਹੱਤਵਪੂਰਨ ਜਿਹੜਾ ਪ੍ਰਸ਼ਨ ਹੈ ਬੇਟਾ ਉਹ ਹੈਗਾ ਬਾਬਰ ਦੀ ਜਿੱਤ ਦਾ ਵਰਣਨ। ਠੀਕ ਹੈ? ਇਹਦੇ ਵਿੱਚ ਤੁਸੀਂ ਲਿਖਣਾਗਾ ਬਾਬਰ ਕਿੰਨੇ ਹਮਲੇ ਕੀਤੇ, ਬਾਬਰ ਨੇ ਕਦੋਂ ਭਾਰਤ ਦੇ ਪੰਜਾਬ ਦੇ ਵਿੱਚ ਆਇਆ, ਠੀਕ ਹੈ? ਉਹਦਾ ਮੁਕਾਬਲਾ ਕਿਸ ਦੇ ਨਾਲ ਸੀ, ਦੋਨਾਂ ਦੀਆਂ ਸਨਮਾ ਦੀਆਂ ਤੋਂ ਆਂਦੀ ਕੇਸੇ, ਕਿਸ ਨੇ ਕਦੋਂ ਹਮਲਾ ਕੀਤਾ, ਠੀਕ ਹੈ? ਤੇ ਅਖੀਰ ਦੇ ਵਿੱਚ ਬਾਬਰ ਦੀ ਜਿੱਤ ਹੋਈ। ਇਹ ਸਾਰੇ ਬਾਰੇ ਤੁਸੀਂ ਲਿਖੋਗੇ। ਠੀਕ ਹੈ? ਇਹ ਚਾਰ ਨੰਬਰ ਦਾ ਤੁਹਾਡਾ ਇੰਪੋਰਟੈਂਟ ਕੁਐਸਚਨ ਹੈ। ਅੰਦੇ ਵੀਟ ਅੱਗੇ ਆਪਾਂ ਗੱਲ ਕਰੀਏ ਪਾਰਟ ਨੰਬਰ 3 ਦੀ ਗੁਰੂ ਨਾਨਕ ਦੇਵ ਜੀ ਅਤੇ ਉਹਨਾਂ ਦਾ ਉਹਨਾਂ ਦੀਆਂ ਸਿੱਖਿਆਵਾਂ ਇਹ ਸੌਖਾ ਜਿਹਾ ਪਾਰਟ ਹੈਗਾ ਠੀਕ ਹੈ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਹੈ ਤੇ ਇਹਦੇ ਵਿੱਚ ਹਰ ਵਾਰ ਇੱਕ ਦੋ ਪ੍ਰਸ਼ਨ ਆ ਜਾਂਦੇ ਹੈਗੇ ਹੁਣ ਇਸ ਪਾਰਟ ਦੇ ਵਿੱਚ ਆਪਾਂ ਤਿੰਨ ਤਿੰਨ ਅੰਕਾਂ ਵਾਲੇ ਪ੍ਰਸ਼ਨਾਂ ਦੀ ਗੱਲ ਕਰੀਏ ਤਾਂ ਪਹਿਲਾ ਪ੍ਰਸ਼ਨ ਹੈ ਗੁਰੂ ਨਾਨਕ ਦੇਵ ਜੀ ਦੇ ਪ੍ਰਮਾਤਮਾ ਸੰਬੰਧੀ ਵਿਚਾਰਾਂ ਦਾ ਵਰਣਨ ਕਰੋ ਇਹ ਤੁਹਾਨੂੰ 3 ਨੰਬਰ ਦਾ ਵੀ ਆ ਸਕਦਾ ਤੇ 4 ਨੰਬਰ ਦਾ ਵੀ ਆ ਸਕਦਾ ਹੈਗਾ ਇਸ ਕਰਕੇ ਤੁਸੀਂ ਕੋਸ਼ਿਸ਼ ਕਰਨੀ ਹੈ ਜੇ 3 ਨੰਬਰ ਦਾ ਤਾਂ ਘੱਟੋ-ਘੱਟ 4 ਪੁਆਇੰਟ ਲਿਖੇ ਜਾਣ ਜੇ 4 ਨੰਬਰ ਦਾ ਤਾਂ ਘੱਟੋ-ਘੱਟ 5 ਜਾਂ 6 ਪੁਆਇੰਟ ਐਕਸਪਲੇਨ ਕੀਤੇ ਜਾਣ ਠੀਕ ਹੈ ਬੇਟਾ ਨੰਬਰ 2 ਤੇ ਪਗਲ ਕਰੀਏ ਗੁਰੂ ਨਾਨਕ ਦੇਵ ਜੀ ਦੀ ਜਨੇਊ ਦੀ ਰਸਮ ਦਾ ਵਰਣਨ ਕਰੋ ਠੀਕ ਹੈ ਇਹ ਵੀ ਸੌਖਾ ਹੋ ਜਾਏਗਾ ਜਦੋਂ ਗੁਰੂ ਨਾਨਕ ਦੇਵ ਜੀ ਦੀ ਉਮਰ 9 ਸਾਲ ਦੀ ਹੋਈ ਤਾਂ ਪੁਰਾਣੀਆਂ ਰਸਮਾਂ ਦੇ ਅਨੁਸਾਰ ਉਹਨਾਂ ਨੂੰ ਜਨੇਊ ਪਣਾਉਣ ਦੇ ਲਈ ਇੱਕ ਪੰਡਿਤ ਹਰਦਿਆਲ ਸੀ ਉਹਨਾਂ ਨੂੰ ਬੁਲਾਇਆ ਗਿਆ ਪੁਜੋਹੀਤ ਠੀਕ ਹੈ ਉਹਨਾਂ ਨੇ ਜਦੋਂ ਗੁਰਨਾਨਕ ਦੇਵ ਜੀ ਨੂੰ ਜਨੇਊ ਬਣਾ ਬਣਾਉਣਾ ਚਾਇਆ ਤਾਂ ਗੁਰਨਾਨਕ ਦੇਵ ਜੀ ਨੇ ਇਨਕਾਰ ਕਰਤਾ ਉਹਨਾਂ ਨੇ ਕਿਹਾ ਵੀ ਮੈਨੂੰ ਜਿਹੜਾ ਸੂਤ ਦੇ ਧਾਗਿਆਂ ਤੋਂ ਬਣਿਆ ਜਨੇਊ ਨਹੀਂ ਚਾਹੀਦਾ ਜਿਹੜਾ ਕਦੇ ਮੈਲਾ ਹੋ ਸਕਦਾ ਜਾਂ ਕਦੇ ਟੁੱਟ ਜੇ ਉਹ ਕਹਿੰਦੇ ਮੈਨੂੰ ਇੱਕ ਅਜਿਹਾ ਜਨੇਊ ਚਾਹੀਦਾ ਹੈਗਾ ਜਿਹੜਾ ਸਤਗੁਣਾ ਦੇ ਧਾਗਿਆਂ ਤੋਂ ਬਣਿਆ ਹੋਵੇ ਜਿਹੜਾ ਕਦੇ ਨਾ ਮੈਲਾ ਹੋਵੇ ਤੇ ਨਾ ਹੀ ਕਦੇ ਟੁੱਟੇ ਠੀਕ ਹੈ ਇਹ ਪੜ ਲਿਓ ਤਿੰਨ ਤੀਸਰੇ ਪ੍ਰਸ਼ਨ ਦੀ ਗੱਲ ਕਰੀਏ ਤਾਂ ਗੁਰੂ ਨਾਨਕ ਦੇਵ ਜੀ ਨੇ ਮੁੱਢਲੇ ਜੀਵਨ ਵਿੱਚ ਕੀ ਕੀ ਕਿੱਤੇ ਅਪਣਾਏ ਠੀਕ ਹੈ ਉਹਨਾਂ ਦੇ ਪਿਤਾ ਨੂੰ ਪਿਤਾ ਜੀ ਨੇ ਉਹਨੂੰ ਨੇ ਕੰਮ ਕੀਤਾ ਠੀਕ ਹੈ ਉਹਨਾਂ ਨੇ ਮੱਜਾਂ ਵੀ ਚਾਰੀਆਂ ਠੀਕ ਹੈ ਵਪਾਰ ਕਰਨ ਦੇ ਲਈ ਵਗੇ ਠੀਕ ਹੈ ਉਹ ਪਸਾਰੀ ਇਸ ਦੇ ਵਿੱਚ ਲਿਖਾਂਗੇ ਕਿਹੜੇ ਕਿਹੜੇ ਕਿੱਤੇ ਉਹਨਾਂ ਨੇ ਅਪਣਾਏ ਹਾਂਜੀ ਬੇਟਾ ਜੇ ਇਸ ਪਾਠ ਦੇ ਵਿੱਚ ਆਪਾਂ ਗੱਲ ਕਰੀਏ ਵਿੱਚ ਚਾਰ ਅੰਕਾਂ ਵਾਲੀ ਪ੍ਰਸ਼ਨਾਂ ਦੀ ਚਾਰ ਚਾਰ ਅੰਕਾਂ ਵਾਲੇ ਜਿਹੜੇ ਚਾਰ ਨੰਬਰ ਦਾ ਤੁਹਾਨੂੰ ਕੁਐਸਚਨ ਆਏਗਾ ਤਾਂ ਉਹਦੇ ਵਿੱਚ ਇੱਕ ਕੁਐਸਚਨ ਬਣ ਸਕਦਾ ਗੁਰੂ ਨਾਨਕ ਦੇਵ ਜੀ ਦੀਆਂ 6 ਸਿੱਖਿਆਵਾਂ ਦਾ ਵਰਣਨ ਠੀਕ ਹੈ ਜਿਵੇਂ ਕਹਿੰਦੇ ਸੀ ਪ੍ਰਮਾਤਮਾ ਇੱਕ ਹੈ ਸਰਵ ਵਿਆਪਕ ਹੈ ਨਰੰਕਾਰ ਹੈ ਉਹਨੇ ਜਾਤ ਪਾਤ ਦਾ ਖੰਡਨ ਕੀਤਾ ਠੀਕ ਹੈ ਇਸਤਰੀਆਂ ਦੀ ਹਾਲਤ ਸੁਧਾਰ ਲਈ ਯਤਨ ਕੀਤੇ ਇਹ ਜੀ ਇਹਨਾਂ ਦੀਆਂ 6 ਸਿੱਖਿਆਵਾਂ ਦੂਸਰਾ ਬਟਾ ਗੁਰੂ ਨਾਨਕ ਦੇਵ ਜੀ ਦੇ ਪ੍ਰਮਾਤਮਾ ਸੰਬੰਧੀ ਵਿਚਾਰ ਠੀਕ ਹੈ ਇਹ ਵੀ ਕੁਐਸਚਨ ਇੰਪੋਰਟੈਂਟ ਹੈਗਾ ਇੱਥੇ ਜਦੋਂ ਆਪਾਂ ਗੱਲ ਕਰਾਂਗੇ ਆਪਾਂ ਉਹਨਾਂ ਦੀ ਪ੍ਰਮਾਤਮਾ ਸੰਬੰਧੀ ਵਿਚਾਰ ਜਿਵੇਂ ਕਹਿੰਦੇ ਸੀ ਪ੍ਰਮਾਤਮਾ ਇੱਕ ਹੈ ਉਹ ਸਰਵ ਵਿਆਪਕ ਹੈਗਾ ਉਹ ਨਰੰਕਾਰ ਹੈਗਾ ਠੀਕ ਹੈ ਇਸ ਤੋਂ ਬਿਨਾ ਜਿਵੇਂ ਗੁਰੂ ਦੀ ਲੋੜ ਸੀ ਨਾਮ ਸ਼ਬਦ ਦੀ ਲੋੜ ਸੀ ਠੀਕ ਹੈ ਇਹ ਸਾਰੇ ਪੁਆਇੰਟ ਆਪੇ ਇਸ ਦੇ ਵਿੱਚ ਐਕਸਪਲੇਨ ਕਰਾਂਗੇ ਪ੍ਰਸ਼ਨ ਨੰਬਰ 3 ਦੀ ਗੱਲ ਕਰੀਏ ਤਾਂ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਬਾਰੇ ਵਰਣਨ ਠੀਕ ਹੈ ਬੇਟਾ ਇਹ ਤੁਸੀਂ ਪੜ੍ਹ ਲੈਣਾਗਾ ਠੀਕ ਹੈ ਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਸੀ ਉਹਨਾਂ ਚਾਰ ਉਦਾਸੀਆਂ ਦੇ ਜਿਹੜੇ ਮਹੱਤਵਪੂਰਨ ਸਥਾਨ ਸੀ ਜਿਵੇਂ ਤਲੁੰਬਾ ਹੋ ਗਿਆ ਹਰਦਵਾਰ ਹੋ ਗਿਆ ਠੀਕ ਹੈ ਮਦੀਨਾ ਹੋ ਗਿਆ ਠੀਕ ਹੈ ਇਹਨਾਂ ਨੂੰ ਤੁਸੀਂ ਧਿਆਨ ਨਾਲ ਪੜ੍ਹ ਲਿਓ ਠੀਕ ਹੈ ਤਾਂ ਜੋ ਜੇ ਤੁਸੀਂ ਐਕਸਪਲੇਨ ਕਰੋ ਤਾਂ ਇਹ ਜਿਹੜਾ ਪ੍ਰੇਪਰੇਸ਼ਨ ਹੈਗਾ ਆਪਾਂ ਇਹਨੂੰ ਹੱਲ ਕਰ ਪਾਈਏ ਠੀਕ ਹੈ ਤਾਂ ਇਸ ਪਾਰਟ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਬੇਟਾ ਤਾਂ ਤਿੰਨ ਕੁਐਸਚਨ ਸਾਡੇ 3-3 ਅੰਕਾਂ ਵਾਲੇ ਹੋਗੇ ਠੀਕ ਹੈ ਤੇ ਤਿੰਨ ਹੀ ਕੁਐਸਚਨ ਸਾਡੇ 4-4 ਅੰਕਾਂ ਵਾਲੇ ਹੋਗੇ ਹਾਂ ਜੀ ਬੇਟਾ ਕਿ ਪਾਠ ਨੰਬਰ 4 ਠੀਕ ਹੈ ਇਹ ਪਾਠ ਤੁਸੀਂ ਯਾਦ ਕਰ ਲੈਣਾ ਵੀ ਇਹ ਲੈਂਥੀ ਜ਼ਰੂਰ ਹੈ ਬਟ ਸੌਖਾ ਗਾ ਕਿ ਸਾਡੇ ਗੁਰੂ ਸਾਹਿਬਾਨ ਨਾਲ ਨੰਨ ਸੰਬੰਧਿਤ ਹੈਗਾ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਜੀ ਤੱਕ ਸਿੱਖ ਗੁਰੂਆਂ ਦਾ ਯੋਗਦਾਨ ਠੀਕ ਹੈ ਇਹ ਕਿਉਂਕਿ ਇਹਦੇ ਵਿੱਚ ਵੀ ਦੇਖੋ ਗੁਰੂ ਅੰਗਦ ਦੇਵ ਜੀ ਤੇ ਲੈ ਕੇ ਗੁਰੂ ਤੇਗ ਬਹਾਦਰ ਜੀ ਤੱਕ 8 ਗੁਰੂ ਸਹਿਬਾਨ ਹੋ ਗਏ ਠੀਕ ਹੈ 8 ਗੁਰੂ ਸਹਿਬਾਨ ਦੇ ਕੰਮ ਨੇ ਕਾਰਜ ਨੇ ਠੀਕ ਹੈ ਉਹਨਾਂ ਦੇ ਜੀਵਨ ਬਾਰੇ ਹੈਗਾ ਇਸ ਕਰਕੇ ਪਾਠ ਥੋੜਾ ਲੰਮਾਗਾ ਲੈਂਦੀ ਹੈਗਾ ਬਟ ਸੌਖਾਗਾ ਹਾਂਜੀ ਬੇਟਾ ਇਹਦੇ ਵਿੱਚ ਪ ਤਿੰਨ ਤਿੰਨ ਅੰਕਾਂ ਵਾਲੀ ਪ੍ਰਸ਼ਨ ਦੀ ਗੱਲ ਕਰੀਏ ਤਾਂ ਪਹਿਲਾ ਹੈ ਵੀ ਗੋਇੰਦਵਾਲ ਵਿੱਚ ਬੌਲੀ ਦਾ ਵਰਣਨ ਕਰੋ ਠੀਕ ਹੈ ਮੰਜੀ ਪ੍ਰਥਾ ਤੋਂ ਕੀ ਭਾਵ ਹੈ ਇਸ ਦੇ ਕੀ ਉਦੇਸ਼ ਸੀ ਜਿਹੜੀ ਗੁਰੂ ਅਮਰਦਾਸ ਜੀ ਨੇ ਸਥਾਪਿਤ ਕੀਤੀ ਸੀ ਮੰਜੀ ਪ੍ਰਥਾ ਬਈ ਮੰজੀਆਂ ਸੀ ਠੀਕ ਹੈ ਇਹ ਪੜ ਲੈਣਾ ਤੁਸੀਂ ਨੇ ਤੀਸਰਾ ਬੇਟਾ ਅਨੰਦ ਸਾਹਿਬ ਬਾਰੇ ਲਿਖੋ ਠੀਕ ਹੈ ਇਹਦੇ ਨਾਲ ਮਿਲਦਾ ਜੋ ਲਿਪਰੇਸ਼ਨ ਹੈਗਾ ਵੀ ਗੁਰੂ ਅਮਰਦਾਸ ਜੀ ਨੇ ਵਿਆਹ ਦੀਆਂ ਰਸਮਾਂ ਦੇ ਵਿੱਚ ਕੀ ਸੁਧਾਰ ਕੀਤੇ ਠੀਕ ਹੈ ਗੁਰੂ ਨਾਲ ਇਹ ਨੇ ਇੱਕ ਬਾਣੀ ਸੀ ਅਨੰਦ ਸਾਹਿਬ ਗੁਰੂ ਅਮਰਦਾਸ ਜੀ ਨੇ ਰਚੀ ਸੀ ਵੀ ਖੁਸ਼ੀ ਦੇ ਮੌਕਿਆਂ ਤੇ ਜਨਮਜਾ ਵਿਆਹ ਦੇ ਮੌਕਿਆਂ ਵੇਲੇ ਤੇ ਪਹਿਲਾਂ ਲੋਕ ਬਹੁਤ ਖਰਚ ਕਰਦੇ ਸੀ ਰਗਾਂ ਦਾ ਪੈਸਾ ਖਰਚ ਹੁੰਦਾ ਸੀ ਸਮਾਂ ਵੀ ਬਰਬਾਦ ਹੁੰਦਾ ਸੀ ਤਾਂ ਗੁਰੂ ਅਮਰਦਾਸ ਜੀ ਨੇ ਕਿਹਾ ਵੀ ਖੁਸ਼ੀ ਦੇ ਮੌਕਿਆਂ ਤੇ ਉਹ ਅਨੰਦ ਸਾਹਿਬ ਬਾਣੀ ਦਾ ਸਾਰੇ ਸਿੱਖੀ ਆਪ ਕਰਨਗੇ ਫालतू ਦਾ ਖਰਚਾ ਜਿਹੜੋਂ ਨਹੀਂ ਕਰਨਗੇ ਹਾਂਜੀ ਬੇਟਾ ਪ੍ਰਸ਼ਨ ਨੰਬਰ 4 ਦੀ ਗੱਲ ਕਰੀਏ RAMDAS PURA ਜਾਂ AMRITSAR ਸ਼ਹਿਰ ਦੀ ਸਥਾਪਨਾ ਦਾ ਵਰਣਨ ਇਹ ਵੀ ਕੁਐਸਚਨ ਇੰਪੋਰਟੈਂਟ ਹੈ ਹਰਮੰਦਰ ਸਾਹਿਬ ਬਾਰੇ ਜਾਣਕਾਰੀ ਦਿਓ ਠੀਕ ਹੈ ਤੇ ਕਾਲ ਤਖਤ ਇਹ ਤਿੰਨ ਸਥਾਨ ਨੇ ਵੀ ਅੰਮ੍ਰਿਤਸਰ ਹਰਮੰਦਰ ਸਾਹਿਬ ਤੇ ਕਾਲ ਤਖਤ ਇਹ ਤੁਸੀਂ ਜ਼ਰੂਰ ਪੜ੍ਹ ਲੈਣ ਇਹਨਾਂ ਦੇ ਵਿੱਚੋਂ ਹਰ ਵਾਰ ਇੱਕ ਕੁਐਸਚਨ ਆਉਂਦਾ ਹੈਗਾ ਠੀਕ ਹੈ ਬੇਟਾ ਇੱਕ ਕੁਐਸਚਨ ਦੀ ਗੱਲ ਕਰੀਏ ਮਸੰਦ ਪ੍ਰਤਾ ਜਿਹੜੀ ਗੁਰੂ ਰਾਮਦਾਸ ਜੀ ਨੇ ਸ਼ੁਰੂ ਕੀਤੀ ਸੀ ਅੱਗੇ ਪਾ ਗੱਲ ਕਰੀ ਬੇਟਾ ਗੁਰੂ ਅੰਗਦ ਦੇਵ ਜੀ ਰਹੀ ਸਿੱਖ ਧਰਮ ਦੇ ਵਿਕਾਸ ਲਈ ਕੀਤੇ ਗਏ ਕਾਰਜਾਂ ਦਾ ਵਰਣਨ ਠੀਕ ਹੈ ਇਹਨੂੰ ਤੁਸੀਂ ਵਧੀਆ ਡਿਟੇਲ ਦੇ ਵਿੱਚ ਪੜ੍ਹਨਾਗਾ ਕਿਉਂਕਿ ਸਾਨੂੰ 4 ਅੰਕਾਂ ਦਾ ਵੀ ਇਹ ਪ੍ਰਸ਼ਨ ਆ ਸਕਦਾਗਾ ਵੀ ਕਿ ਮਨੋਂ ਨੇ ਗੁਰਮੁਖੀ ਲਿਪੀ ਦਾ ਸੁਧਾਰ ਕੀਤਾ ਸੰਗਤ ਪੰਗਤ ਪ੍ਰਸਾਦ ਦਾ ਵਿਕਾਸ ਕੀਤਾ ਬਾਣੀ ਦੀ ਰਚਨਾ ਕੀਤੀ ਠੀਕ ਹੈ ਗੋਇੰਦਵਾਲ ਸਾਹਿਬ ਦੀ ਸਥਾਪਨਾ ਕੀਤੀ ਇਹ ਸਾਰੇ ਪੁਆਇੰਟ ਤੁਸੀਂ ਦੇ ਵਿੱਚ ਨੋਟ ਕਰਨੇਗੇ ਪ੍ਰਸ਼ਨ ਨੰਬਰ 9 ਬੇਟਾ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੇ ਨੋਟ ਠੀਕ ਹੈ ਇਹ ਵੀ ਕੁਐਸਚਨ ਤੁਸੀਂ ਧਿਆਨ ਨਾਲ ਯਾਦ ਕਰਨਾਗਾ ਅੱਗੇ ਆਪਾਂ ਜੇਕਰ ਚਾਰ-ਚਾਰ ਅੰਕਾਂ ਵਾਲੇ ਪ੍ਰਸ਼ਨ ਦੀ ਗੱਲ ਕਰੀਏ ਬੇਟਾ ਤਾਂ ਗੁਰੂ ਅਮਰਦਾਸ ਜੀ ਨੇ ਸਿੱਖ ਧਰਮ ਦੇ ਵਿਕਾਸ ਲਈ ਕੀਤੇ ਗਏ ਕਾਰਜ ਇਹਦੇ ਵਿੱਚ ਤੁਸੀਂ ਸੁਧਾਰ ਵੀ ਪੜ੍ਹ ਲਿਓ ਵੀ ਠੀਕ ਹੈ ਗੁਰੂ ਅਮਰਦਾਸ ਜੀ ਨੇ ਸਿੱਖ ਧਰਮ ਦੇ ਵਿਕਾਸ ਲਈ ਕਿਹੜੇ-ਕਿਹੜੇ ਕਾਰਜ ਕੀਤੇ ਤੇ ਉਹਨਾਂ ਦੇ ਸੁਧਾਰ ਇਸੇ ਤਰੀਕੇ ਨਾਲ ਵੀ ਗੁਰੂ ਅਰਜਨ ਦੇਵ ਜੀ ਨੇ ਸਿੱਖ ਧਰਮ ਦੇ ਵਿਕਾਸ ਵਿੱਚ ਕੀ ਯੋਗਦਾਨ ਪਾਇਆ ਤੀਸਰਾ ਬੇਟਾ ਇਹ ਬਹੁਤ ਇੰਪੋਰਟੈਂਟ ਕੁਸਚਨ ਹੈ ਵੀ ਮਸੰਦ ਪ੍ਰਥਾ ਦਾ ਮੋਢ ਕਿਵੇਂ ਉਹਦੀ ਸ਼ੁਰੂਆਤ ਹੋਈ ਕਿਵੇਂ ਉਹਦਾ ਵਿਕਾਸ ਹੋਇਆ ਤੇ ਉਹਦੇ ਕਿਹੜੇ-ਕਿਹੜੇ ਫਾਇਦੇ ਹੋਏ ਇਹ ਵੀ ਤੁਸੀਂ ਯਾਦ ਕਰਨੇ ਕੁਐਸਚਨ ਹੈ। ਇਸ ਤੋਂ ਅਗਲਾ ਪ੍ਰਸ਼ਨ ਗੁਰੂ ਹਰਗੋਬਿੰਦ ਜੀ ਦੀ ਨਵੀਂ ਨੀਤੀ ਦਾ ਵਰਣਨ ਕਰੋ। ਠੀਕ ਹੈ ਉਹਨਾਂ ਨੇ ਕੀ ਦੋ ਤਲਵਾਰਾਂ ਧਾਰਨ ਕੀਤੀਆਂ ਸੀ। ਠੀਕ ਹੈ ਕਿ ਕਿਹੜੇ-ਕਿਹੜੇ ਪਰਿਵਰਤਨ ਆਏ ਇਹ ਸਾਰਾ ਤੁਸੀਂ ਇਸ ਪੁਆਇੰਟ ਦੇ ਵਿੱਚ ਲਿਖਣਾ ਹੈ। ਠੀਕ ਹੈ ਬੇਟਾ। ਤਾਂ ਇਸ ਪਾਰਟ ਦੇ ਵਿੱਚ ਨੌ ਪ੍ਰਸ਼ਨ ਸਾਡੇ 3-3 ਅੰਕ ਵਾਲੇ ਹੋਗੇ ਤੇ ਚਾਰ ਕੁਐਸਚਨ ਸਾਡੇ ਜਿਹੜੇ ਇੰਪੋਰਟੈਂਟ ਨੇ ਉਹ 4-4 ਅੰਕਾਂ ਵਾਲੇ ਹੋਗੇ। ਠੀਕ ਹੈ ਬੇਟਾ। ਤੁਸੀਂ ਇਹਨਾਂ ਸਾਰੇ ਪ੍ਰਸ਼ਨਾਂ ਦਾ ਜਿਹੜਾ ਉੱਤਰ ਹੈਗਾ ਠੀਕ ਹੈ ਉੱਤਰ ਹੈਗੇ ਜਾਂ ਜਿਹੜੇ ਪ੍ਰਸ਼ਨ ਤੁਸੀਂ ਨਹੀਂ ਨੋਟ ਕੀਤੇ ਉਹਨਾਂ ਦੇ ਉੱਤਰ ਤੁਸੀਂ ਪੰਜਾਬ ਐਜੂਕੇਅਰ ਐਪ ਤੋਂ ਪ੍ਰਾਪਤ ਕਰ ਸਕਦੇ ਹੋ ਵੀ ਠੀਕ ਹੈ ਆਪਾਂ ਇਸ ਵੀਡੀਓ ਦੇ ਐਂਡ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਆਪਾਂ ਹੁਣ ਇੱਕ ਨਕਸ਼ਾ ਕਰਦੇ ਹਾਂਗੇ ਇਹ ਜਨਸੰਖਿਆ ਵਾਲੀ ਪਾਟ ਤਾਗਾ ਇਹ ਵੀ ਤੁਹਾਨੂੰ ਕੱਲਿਹੜਾ ਤੁਹਾਡਾ ਟੈਸਟ ਹੋਏਗਾ ਤੇ ਵਿੱਚ ਆਏਗਾ ਹਾਂਜੀ ਬੇਟਾ ਤਾਂ ਉਹਦੇ ਵਿੱਚ ਤੁਹਾਨੂੰ ਪੁਆਇੰਟ ਪੁੱਛੇ ਜਾ ਸਕਦੇ ਵੀ ਸਭ ਤੋਂ ਪਹਿਲਾਂ ਪੁਆਇੰਟ ਪੁੱਛੇ ਜਾ ਸਕਦਾਗਾ ਵੱਧ ਜਨਸੰਖਿਆ ਘਣਤਾ ਵਾਲੀ ਖੇਤਰ ਠੀਕ ਹੈ ਪੋਪੂਲੇਸ਼ਨ ਡੈਨਸਿਟੀ ਵਾਲੇ ਖੇਤਰ ਦੋ ਹੈ ਬੇਟਾ ਬੈਸੀ ਤਾਂ ਆਪਾਂ ਜ਼ਿਆਦਾਤਰ ਵੱਡੇ ਪੱਧਰ ਤੇ ਬਿਹਾਰ ਦੀ ਗੱਲ ਕਰਦੇ ਨੇਗੇ ਬਿਹਾਰ ਦੇ ਵਿੱਚ ਬਸੋ ਘਣਤਾ ਸਭ ਤੋਂ ਜ਼ਿਆਦਾ ਹੈ ਪਰ ਇੱਥੇ ਦੋ ਪੁੱਛੇ ਦੇ ਨਾਲ ਨਾਲ ਦੇਣਾ ਫਿਰ ਆਪਾਂ ਇੱਕ ਪੱਛਮੀ ਬੰਗਾਲ ਲਿਖਾਂਗੇ ਠੀਕ ਹੈ ਤਾਂ ਸਭ ਤੋਂ ਵੱਧ ਬਸੋ ਘਣਤਾ ਵਾਲੇ ਖੇਤਰ ਬਿਹਾਰ ਅਤੇ ਪੱਛਮੀ ਬੰਗਾਲ ਠੀਕ ਹੈ ਜੇ ਪੁੱਛਿਆ ਜਾਵੇ ਸਭ ਤੋਂ ਵੱਧ ਬਸੋ ਘਣਤਾ ਕਿਹਦੀ ਹੈ ਬੇਟਾ ਫਿਰ ਆਪਾਂ ਕਿਹੜਾ ਲਿਖਾਂਗੇ ਫਿਰ ਆਪਾਂ ਕੱਲਾ ਵਿਹਾਰ ਲਿਖਾਂਗੇ ਠੀਕ ਹੈ ਬਿਹਾਰ ਦੇ ਵਿੱਚ 1102 ਵਿਅਕਤੀ ਰਹਿੰਦੇ ਹੈਗੇ ਇੱਕ ਵਰਗ ਕਿਲੋਮੀਟਰ ਦੇ ਵਿੱਚ ਠੀਕ ਹੈ ਬਸੋ ਘਣਤਾ ਦਾ ਮਤਲਬ ਕੀ ਹੁੰਦਾਗਾ ਵੀ ਇੱਕ ਵਰਗ ਕਿਲੋਮੀਟਰ ਦੇ ਵਿੱਚ ਕਿੰਨੇ ਲੋਕ ਰਹਿੰਦੇ ਹੈਗੇ ਠੀਕ ਹੈ ਬੇਟਾ ਤਾਂ ਪਹਿਲੇ ਤਾਂ ਆਪਣਾ ਬਿਹਾਰ ਤੇ ਪੱਛਮੀ ਬੰਗਾਲ ਆ ਜਾਏਗਾ ਦੂਸਰਾ ਬੇਟਾ ਬਧ ਸ਼ਖਰਤਾ ਵਾਲੇ ਦੋ ਰਾਜ ਠੀਕ ਹੈ ਬਧ ਸ਼ਖਰਤਾ ਇਹਦੇ ਸਭ ਤੋਂ ਵੱਧ ਪੜੇ ਲਿਖੇ ਲੋਕ ਨੇ ਦੇਖੋ ਵੀ ਇੱਕ ਤਾਂ ਕੇਰਲਾ ਹੋ ਗਿਆ ਠੀਕ ਹੈ ਦੂਸਰਾ ਇਹਦੇ ਨਾਲ ਮਿਲਦਾ ਜੁਲਦਾ ਹੋ ਜਾਏਗਾ ਮਿਜ਼ੋਰਮ ਠੀਕ ਹੈ ਕੇਰਲਾ ਤੇ ਮਿਜ਼ੋਰਮ ਇਹ ਦੋਨੋਂ ਹੀ ਸਾਡੇ ਵੱਧ ਸ਼ਖਰਤਾ ਵਾਲੇ ਰਾਜ ਕਿ ਜੇਕਰ ਪੁੱਛੇ ਜੇ ਵੀ ਭਾਰਤ ਵਿੱਚ ਸਭ ਤੋਂ ਵੱਧ ਸ਼ਖਰਤਾ ਵਾਲਾ ਰਾਜ ਕਿਹੜਾ ਫੇਰ ਆਪਾਂ ਕੇਰਲਾ ਲਾਵਾਂਗੇ ਆਹ ਵਾਲਾ ਜਿਹੜਾ ਠੀਕ ਹੈ ਬੇਟਾ ਤੀਸਰਾ ਵੀ ਸਭ ਤੋਂ ਵੱਧ ਆਬਦੀ ਵਾਲਾ ਰਾਜ ਠੀਕ ਹੈ ਭਾਰਤ ਵਿੱਚ ਸਭ ਤੋਂ ਵੱਧ ਆਬਦੀ ਵਾਲਾ ਰਾਜ ਕਿਹੜਾ ਹੈਗਾ ਵੀ ਉਹ ਹੈਗਾ ਉੱਤਰ ਪ੍ਰਦੇਸ਼ ਠੀਕ ਹੈ ਇੱਥੇ ਲਗਭਗ ਉੱਤਕਲੇ ਉੱਤਰ ਪ੍ਰਦੇਸ਼ ਦੇ ਵਿੱਚ 2011 ਦੀ ਜਨਗਣਨਾ ਅਨੁਸਾਰ 20 ਕਰੋੜ ਲੋਕ ਰਹਿੰਦੇਗੇ ਕੱਲ ਉੱਤਰ ਪ੍ਰਦੇਸ਼ ਦੇ ਵਿੱਚ ਜਾਨੀ ਕਿ ਭਾਰਤ ਦੇ ਵਿੱਚ ਸਭ ਤੋਂ ਵੱਧ ਆਬਾਦੀ ਵਾਲਾ ਰਾਜ ਕਿਹੜਾਗਾ ਉੱਤਰ ਪ੍ਰਦੇਸ਼ ਹਾਂਜੀ ਬੇਟਾ ਇਸ ਤੋਂ ਬਾਅਦ ਅੱਗੇ ਸਭ ਤੋਂ ਘੱਟ ਆਬਾਦੀ ਵਾਲਾ ਰਾਜ ਵੀ ਸਭ ਤੋਂ ਘੱਟ ਆਬਾਦੀ ਵਾਲਾਗਾ ਸਿੱਕਮ ਦੇਖੋ ਆ ਵਿੱਚਕਾਰ ਜਿਹੜਾ ਗ੍ਰੀਨ ਜੀ ਲਾਈਨ ਵਾਲਾਗਾ ਇਹ ਕੀ ਹੈਗਾ ਬੇਟਾ ਸਿੱਕਮ ਹੈਗਾ ਇੱਥੇ ਸਭ ਤੋਂ ਘੱਟ ਆਬਾਦੀ ਹੈਗੀ ਇਹ ਭਾਰਤ ਦਾ ਸਭ ਤੋਂ ਘੱਟ ਆਬਾਦੀ ਵਾਲਾ ਰਾਜ ਹੈਗਾ ਠੀਕ ਹੈ ਬੇਟਾ ਇਹ ਸਾਰਾ ਨਕਸ਼ਾ ਹੈ ਇਹਨੂੰ ਤਾਂ ਨਾਣੀ ਪੜ੍ਹ ਲਿਓ ਤੁਸੀਂ ਰਿਵਾਈਜ਼ ਕਰ ਲਿਓ ਪ੍ਰੈਕਟਿਸ ਕਰਕੇ ਵੇਖ ਲਿਓ ਇਹਦੀ ਇਹ ਕੱਲ ਸਾਨੂੰ ਪੇਪਰ ਦੇ ਵਿੱਚ ਜਿਹੜਾ ਵੀਕਲੀ ਟੈਸਟ ਦੇ ਵਿੱਚ ਆਏਗਾ ਠੀਕ ਹੈ ਬੇਟਾ ਹੁਣ ਆਪਾਂ ਗੱਲ ਕਰ ਰਹੇ ਹਾਂਗੇ ਪੰਜਾਬ ਐਜੂਕੇ ਰੈਪ ਦੀ ਹਾਂਜੀ ਬੇਟਾ ਹੁਣ ਆਪਾਂ ਗੱਲ ਕਰਾਂਗੇ ਇਹ ਸਾਨੂੰ ਜਿਹੜੇ ਕੁਐਸਚਨ ਹੈਗੇ ਜਾਂ ਸਾਰੇ ਸਾਡੇ ਸਮਾਜਿਕ ਸਿੱਖਿਆ ਦੇ ਜਾਂ ਵੱਖ-ਵੱਖ ਸਬਜੈਕਟਾਂ ਦੇ ਕੁਐਸਚਨ ਮਿਲ ਕੇ ਤੋਂ ਸਕਦੇਗੇ ਠੀਕ ਹੈ ਤਾਂ ਤੁਸੀਂ ਇਹ ਪੰਜਾਬ ਐਜੂਕੇ ਰੈਪ ਖੋਲਣੀ ਹੈ ਸਟੂਡੈਂਟ ਕੋਰਨਰ ਉਹਦੇ ਉੱਪਰ ਕਲਿੱਕ ਕਰਨਗਾ ਫਿਰ ਤੁਹਾਡੇ ਆ ਜਾਏਗਾ ਸਕੈਂਡਰੀ ਵਿੰਗ ਕਲਾਸ ਤੁਸੀਂ 10ਵੀਂ ਸਿਲੈਕਟ ਕਰਨੀ ਹੈਗੀ ਠੀਕ ਹੈ ਵੇਸ਼ਾ ਤੁਸੀਂ ਸਮਾਜਿਕ ਵਿਗਿਆਨ ਸਿਲੈਕਟ ਕਰਨਾ ਹੈ ਇੱਥੇ ਬੇਟਾ ਤੁਹਾਨੂੰ ਮੈਪਸ ਵੀ ਮਿਲ ਜਾਣਗੇ ਠੀਕ ਹੈ ਤੇ ਜਿਹੜੇ ਕੁਐਸਚਨ ਨੇਗੇ ਉਹ ਵੀ ਮਿਲ ਜਾਣਗੇ ਵੀਕਲੀ ਟੈਸਟ ਸਿਲੇਬਸ ਠੀਕ ਹੈ ਆਡੀਓ ਵਿਜ਼ੂਅਲ ਜੋ ਵੀ ਤੁਸੀਂ ਦੇਖਣਾ ਚਾਹੋਗੇ ਮਿਲ ਸਕਦੇਗੇ ਤੇ ਇਹ ਜੋ ਆਪਾਂ ਕਰ ਰਹੇ ਹਾਂਗੇ ਇਹ ਤੁਹਾਨੂੰ ਕਿੱਥੋਂ ਮਿਲ ਸਕਦਾਗਾ ਠੀਕ ਹੈ ਇਹ ਸਾਨੂੰ ਸੈਕੰਡ ਨੰਬਰ ਤੇ ਹੈਗਾ ਸਿੰਪਲੀਫਾਈਡ ਮਟੀਰੀਅਲ ਅਕੋਰਡਿੰਗ ਟੂ ਰਿਡਿਊਸ ਸਿਲੇਬਸ ਠੀਕ ਹੈ ਇਹ ਤੁਹਾਨੂੰ ਇਹ ਜਿਹੜੇ ਸਾਰੇ ਕੁਐਸਚਨ ਹੈਗੇ ਉਹ ਪ੍ਰਾਪਤ ਹੋ ਜਾਣਗੇ ਦੇਖੋ ਇਹ ਤਿੰਨ ਤਿੰਨ ਅੰਕਾਂ ਵਾਲੇ ਕੁਐਸਚਨ ਆਗੇ ਬੇਟਾ ਠੀਕ ਹੈ ਭੂਗੋਲ ਭਾਗ ਦੇ ਹੁਣ ਇਹਦੇ ਵਿੱਚ ਤਿੰਨ ਤਿੰਨ ਅੰਕਾਂ ਵਾਲੇ ਕੁਐਸਚਨ ਵੀ ਹੈ ਤੇ ਅੱਗੇ ਇਸ ਪਾਰਟ ਦੇ ਸਾਨੂੰ 5-5 ਅੰਕ ਵਾਲੇ ਜਿਹੜੇ ਕੁਐਸਚਨ ਹੈਗੇ ਉਹ ਵੀ ਮਿਲ ਜਾਣਗੇ ਠੀਕ ਹੈ ਤਾਂ ਜਿਹੜੇ ਕੁਐਸਚਨ ਮੈਂ ਤੁਹਾਨੂੰ ਟਿਕ ਕਰਾਏ ਅਗਰ ਜੇਕਰ ਤੁਸੀ ਤੁਹਾਨੂੰ ਲੱਗਦਾ ਹੈਗਾ ਵੀ ਉਹ ਓਕੇ ਹੈਗੇ ਤਾਂ ਤੁਸੀਂ ਇੱਥੋਂ ਇਹਨਾਂ ਨੇ ਸੋਕੇ ਸੋਕੇ ਪੁਆਇੰਟ ਬਣਾ ਕੇ ਦਿੱਤੇ ਹੈਗੇ ਤਾਂ ਤੁਹਾਨੂੰ ਯਾਦ ਕਰ ਸਕਦੇ ਹੋ ਤੇ ਵਧੀਆ ਅੰਕ ਪ੍ਰਾਪਤ ਕਰ ਸਕਦੇ ਹੋ ਠੀਕ ਹੈ ਬੇਟਾ ਉਮੀਦ ਹੈ ਵੀ ਤੁਹਾਨੂੰ ਇਹ ਵੀਡੀਓ ਜਿਹੜੀ ਪਸੰਦ ਆਏਗੀ ਤੇ ਤੁਹਾਡੀ ਕੱਲ ਦੇ ਪੇਪਰ ਦੇ ਵਿੱਚ ਇਹ ਮਦਦ ਕਰੇਗੀ ਠੀਕ ਹੈ ਬੇਟਾ ਓਕੇ ਜੀ ਥੈਂਕ ਯੂ